आया नहीं कुछ नेहा तेरे को आदा 2 महीने हो गए और बाहर गई कहती सी जाके दाजी खुशी करूं। पुआ दा ले बीबी आ गया सी ओ तो स्नेहा पहुंच गई बीबी और राजी खुशी आ गया सी स्नेहा ले आ पुत पढ़ के तसना की लिखिया ले बीबी लिखना किया उन्होंने इमोजी भेज दी मतलब ठीक ठाक आ पहुंच गए नाले आजकल कित्थे किसी को इतना टाइम बीबी लिखन पढ़न दा ਸਾਡੇ ਨਾਲੋਂ ਤਾਂ ਪੁੱਤ ਸਾਡੇ ਜ਼ਮਾਨੇ ਚੰਗੇ ਸੀ ਕਿਉਂ ਬੈਠਿਆਂ ਦੇ ਹੱਥੀਂ ਲਿਖੀਆਂ ਚਿੱਠੀਆਂ ਆਉਂਦੀਆਂ ਸੀ ਜਿਹੜੀ ਪੂਰੀ ਤਾਂ ਨਾ ਪਰ ਅੱਧੀ ਮੁਲਾਕਾਤ ਜ਼ਰੂਰ ਹੁੰਦੀਆਂ ਸੀ ਅੱਧੀ ਮੁਲਾਕਾਤ ਬੀਬੀ ਉਹ ਕਿੱਦਾਂ ਨਾਲੇ ਸੁਨੇਹਾ ਤਾਂ ਉਹੀ ਰਹਿਣਾ ਬੀਬੀ ਭਾਵੇਂ ਫੋਨ 'ਚ ਹੋਵੇ ਜਾਂ ਚਿੱਠੀ 'ਚ ਕੋਈ ਫਰਕ ਆ ਫਰਕ ਆ ਪੁੱਤ ਬਹੁਤ ਫਰਕ ਆ ਸਾਈਕਲ ਦੀ ਟੱਲੀ ਦੀ ਟੰਗ ਟੰਗ ਦਿਲ ਦੀ ਘੰਟੀ ਵਜਾਉਂਦੀ ਸੀ ਖਾਕੇ ਵਰਦੀ 'ਚ ਸਾਈਕਲ 'ਤੇ ਸਵਾਰ ਹੋ ਕੇ ਡਾਕਿਆ ਸਿਰਫ ਚਿੱਠੀਆਂ ਨਹੀਂ ਸੀ ਵੰਡਦਾ ਸਗੋਂ ਅੱਖਾਂ 'ਚ ਪਰੋਏ ਹੋਏ ਜਜ਼ਬਾਤ ਵੀ ਵੰਡਦਾ ਸੀ ਰਾਜੀ ਖੁਸ਼ੀ ਦੀ ਆਸ ਨਾਲ ਸ਼ੁਰੂ ਹੁੰਦੀਆਂ ਅਤੇ ਵੱਡਿਆਂ ਨੂੰ ਪੈਰੀ ਪੈਣਾਂ 'ਤੇ ਖਤਮ ਹੁੰਦੀਆਂ ਅਤੇ ਵਿੱਚ ਲਿਖੀ ਹੁੰਦੀ ਸੀ ਜ਼ਿੰਦਗੀ ਲਿਖ ਤੂੰ ਫਲਾਣਾ ਸਿੰਘ ਇਹਨਾਂ ਲਫ਼ਜ਼ਾਂ ਤੋਂ ਬੱਚੀ ਲਿਖਣ ਵਾਲੇ ਦਾ ਮੂੰਹ ਦੇਖਦਾ ਸੀ ਅਤੇ ਪੜ੍ਹਨ ਵਾਲੇ ਨੂੰ ਇਹ ਲੱਗਦਾ ਜਿਵੇਂ ਅੰਮੂ ਸਾਹਮਣੇ ਬਹਿ ਕੇ ਦੁੱਖ ਸੁੱਖ ਕਰਦੇ ਹੋਣ ਚਿੱਠੀ ਜਜ਼ਬਾਤਾਂ ਦੀ ਤੈਅ ਮਾਸ ਕੇ ਰੱਖਦੀ ਸੀ ਸਾਂਭ ਕੇ ਰੱਖਦੀ ਸੀ ਪਰ ਤੈਅ 'ਚੋਂ ਆਪਣੇ ਆਪ ਦੀ ਖੁਸ਼ਬੂ ਆਉਂਦੀ ਸੀ ਮਿੱਠੇ ਕੋੜੇ ਅਹਿਸਾਸਾਂ ਦੀ ਇਹ ਗੱਠੜੀ ਤਕਨੀਕੀ ਯੁੱਗ ਨੇ ਉਦੋਂ ਬੁਕਾ ਕੇ ਮਾਰੀ ਪਤਾ ਹੀ ਨਹੀਂ ਲੱਗਿਆ ਹੁਣ ਫੋਨ 'ਤੇ ਮੈਸੇਜ ਭਾਵੇਂ ਲੱਖਾਂ ਦੇ ਨੇ ਪਰ ਉਹਨਾਂ ਨੇ ਚਿੱਠੀ ਵਰਗੀ ਖੁਸ਼ਬੂ ਨਹੀਂ ਸਾਂਭੀ ਹੁੰਦੀ ਚਿੱਠੀਆਂ ਸਾਰੀ ਉਮਰ ਸਾਥ ਦੇਣ ਦੀ ਸਮਰੱਥਾ ਰੱਖਦੀਆਂ ਸੀ ਹੌਸਲਾ ਦਿੰਦੀਆਂ ਸੀ ਮਨ ਹੌਲਾ ਕਰਦੀਆਂ ਸੀ ਇਕੱਲੇ ਬੈਠੇ ਬੰਦੇ ਨਾਲ ਗੱਲਾਂ ਕਰਦੀਆਂ ਸੀ ਪਰ ਅੱਜ ਕੱਲ੍ਹ ਤਾਂ ਸਕਰੀਨ 'ਤੇ ਗੁੱਠਾ ਭੱਜਦਾ ਇਹ ਸਕਿੰਟਾਂ 'ਚ ਸਭ ਕੁਛ ਖਤਮ ਸਾਰਾ ਕੁਛ ਸਿਮਟ ਗਿਆ ਇਸ 6 ਇੰਚ ਦੀ ਸਕਰੀਨ 'ਚ ਜਿੱਦਾਂ ਘਰ ਸਿਮਟ ਕੇ ਫਲੈਟਾਂ 'ਚ ਜਜ਼ਬਾਤ ਸਿਮਟ ਕੇ ਮੈਸੇਜਾਂ 'ਚ ਕਿੰਨੇ ਸਿਮਟ ਕੇ ਕੈਸਾਂ 'ਚ ਇਨਸਾਨ ਸਿਮਟ ਗਿਆ ਪੈਸਿਆਂ 'ਚ।